ਤੀਰਾ ਕਿਉਂ ਨਹੀਂ ਬਣਾਉਂਦਾ ਹੈ? ਇਸ ਟੁੱਟ ਵਿੱਚ ਆਈ ਦਨੀਆ ਜਿਹੜਾ ਕਿ ਅਜੇ ਵੀ ਨਜ਼ਰ ਆ ਰਿਹਾ। ਪਰ ਸਾਡੀ ਸਲਾਹ ਆਈ ਕਿ ਭਾਅ ਜੀ ਕਈ ਨਾਲ ਗੋਡ ਕੰਮ ਚਲਾ ਲਵੀਏ, ਟਰੈਕਟਰ ਲੱਭਦਾ ਕੋਈ ਨਹੀਂ ਪਿਆ। ਇਹ ਬੱਲਾ ਵੇ ਬਾਈ ਕਿਦਾ ਰੋਟਾਵੇਟਰ ਲੱਭ ਗਿਆ। ਅਸਲ 'ਚ ਸਬਜ਼ੀ ਲਾਉਣੀ ਹੁੰਦੀ ਹੈ ਖੂਹ ਕਿਆਰੀਆਂ ਵਿੱਚ, ਅਤੇ ਟਰੈਕਟਰਾਂ ਵਾਲੇ ਆਉਂਦੇ ਨੇ ਵਿਚਾਰੇ, ਉਹ ਆਉਂਦੇ ਨੇ ਸੰਨ ਨੇ ਜ਼ਲਾਲਤ ਬੜੀ, ਸੰਨ ਚੋਖਾ ਫਿਰਨਾ ਪਾਉਂਦਾ। ਉੱਪਰਾਂ ਜਿਹੜੇ ਜਿੱਥੇ ਲੋਬੀਆ ਲਾਇਆ ਉਹ ਮੇਰੀ ਅੱਲਾਂ ਵਾਈ ਆਈ, ਬੜੇ ਜ਼ਲੀਲ ਹੋਏ ਹਾਂ। ਵੱਟੇ ਰਹਿ ਜਾਂਦੇ ਹਨ, ਆਪ ਬੜੇ ਬੜੇ ਵੱਟੇ ਚਾਣੇ ਪਾਉਂਦੇ ਨੇ ਜਿਸ ਟਾਈਮ ਓੜੇ ਬਣਾਉਣ ਲੱਗੀਦਾ। ਇਹਦਾ ਇਹ ਫਾਇਦਾ ਅੱਲਾ ਖੈਰ ਰੱਖੇ ਤੇ ਵੱਟੇ ਨਹੀਂ ਰਹਿਣ ਲੱਗੇ, ਬਿਲਕੁਲ ਪੰਜੀਰਾ ਹੋ ਜਾ ਸੀਗਾ। ਬਲਾ ਬਸ ਜਿਹੜਾ ਸਾਈਡ ਤੋਂ ਦਨੀਆ ਬਚਾ ਗਿਆ ਹੈਲੋ। ਆਹੋ ਸਹੀ ਹੈ, ਸਾਡਾ ਦਿਲ ਲਾਈਆ ਜਿਹੜਾ ਦਨੀਆ ਦੇ ਬੂਟੇ ਨਾ ਇਹ ਬਚਾ ਜਾਂਦਾ। ਇਹ ਹੁਣ ਲਾਹਾ ਰੱਖੀ ਖਲਾਉਣ ਦਾ ਫੁੱਲ ਨਿਕਲਾ ਦਿੰਦਾ ਅਤੇ ਇਨਸ਼ਾ ਅੱਲਾ ਇਹਨਾਂ ਦੇ ਬੀਂ ਲੱਗ ਜਾਣਾ। ਸਾਡਾ ਦਿਲ ਲਾਈ ਬਈ ਬਚ ਜਾਂਦਾ ਅਤੇ ਬੀਂ ਤਿਆਰ ਹੋ ਜਾਂਦਾ ਸੁਕਾ ਕੇ ਅਤੇ ਗੜ ਛੱਡ ਲਈਦਾ ਬੀਂ ਵੀ ਅੰਨੀ 'ਚ ਵੀ ਪੈ ਜਾਂਦਾ, ਗੜ ਵੀ ਲਈਦਾ ਅੱਗੋਂ। ਆਖਰੀ ਜਗ੍ਹਾ ਉਹ ਰਹਿ ਗਈ ਆਈ ਜਿੱਥੇ ਹੁਣ ਟਰੈਕਟਰ ਫਿਰਿਆ ਸੀ, ਇਹ ਜਗ੍ਹਾ ਰਹਿੰਦੀ ਆਈ ਜਿਹੜੀ ਪੀਡੀ ਆਈ। ਟਰੈਕਟਰ ਨਾਲ ਤੈਨੂੰ ਕੋਈ ਮਸਲਾ ਉਸ ਫਿਰ ਰਹਿਣਾ, ਲੇਕਿਨ ਜੇ ਅਸਾਂ ਓੜੇ ਬਣਾਉਣੇ ਹੋਣ, ਜਿੰਦਰਾ ਚਲਾਉਣਾ ਹੋਵੇ ਜਾਂ ਕਈ ਚਲਾਉਣੀ ਪੈ ਜਾਵੇ, ਸਾਡੀ ਜਾਨੀ ਰੱਜ ਹੋ ਜਾਂਦਾ ਕੰਮ ਇਹ। ਕਿਹੜਾ ਪੜਾ ਖਿਆ ਜੀ? ਇਹਨੇ ਰਾਵਣ ਕਦਨ ਪੇੜੇ ਅੱਲਾ ਖੈਰ ਕੇ ਸਾਡਾ ਵਾਲ ਵਾਣੀ ਹੈ ਕਿ ਕੱਲ੍ਹ ਤੋਂ ਲੱਗ ਪਵੀ ਇਸ ਵੇਖੋ ਕਿੰਨੀ ਪੁੱਲੀ ਹੋ ਗਈ, ਪੈਰ ਖੁੱਲਦਾ ਪਿਆ ਵਿੱਚ ਮਾਸ਼ਾਅੱਲਾ, ਇਹ ਪੁੱਲੀ ਤਾਂ ਨਰਮ ਹੋ ਗਈ ਹੁਣ ਇਹਦੇ ਨਾਲ ਪੇੜੇ ਸਾਡਾ ਘਰ ਲੈ ਇਨਸ਼ਾ ਅੱਲਾ। ਓੜੇ ਬਣਾਉਣੇ ਨੇ ਇੱਥੇ ਤਾਂ ਲਾਉਂਦੇ ਕੱਦੂ, ਇਹ ਜਾਣ ਕੀ ਲੈਣਾ ਕੱਦੂ ਸਹੀ ਹੈ। ਭਿੰਡੀ ਥੋੜ੍ਹੀ ਭਿੰਡੀ ਲਾਉਣ ਦੇ ਨਾਲ ਥੁਆਂਜ ਲਾ ਖੈਰ ਰੱਖੀ ਤੇ, ਜਾਂ ਵੀ ਥੋੜ੍ਹੀ ਜਾਂ ਕਰ ਲੈਂਦੇ ਹਾਂ ਭਿੰਡੀ ਵੀ ਹੋ ਜਾਂਦੀ ਹੋਰ ਸਹੀ ਹੋਰ ਲੈਣੀ ਸਿੱਧੀ ਲੈ ਆਈਏ ਆਓ ਟੈਂਡਿਆਂ ਦੇ ਜੋਗੇ ਵੀ ਇੱਕ ਦੋ ਓੜੇ ਰੱਖਣੇ ਨੇ ਵਿੱਚੋਂ, ਟੈਂਡੇ ਮੱਗ ਬੜੇ ਹੁੰਦੇ ਨੇ ਹਾਂ ਟੇਸਟ ਹੋ ਜਾਏਗਾ। ਅੱਛਾ